ਸਾਡੀਆਂ ਪੁਰਾਤਨ ਸ਼ਹੀਦੀਆਂ ਨੂੰ ਤਾਂ ਖਤਮ ਕਰਨ ਦੀਆਂ ਨੀਹਾਂ ਕਦੋਂ ਦੀਆਂ ਡੂੰਘੀਆਂ ਪੱਟੀਆਂ ਗਈਆਂ ਨੇ, ਸਾਡੀਆਂ ਦਸਤਾਰਾਂ ਨੂੰ ਖਰਾਬ ਕਰਨ ਦੀਆਂ ਰੰਗਲੀਆਂ ਤਸਵੀਰਾਂ ਨੂੰ ਧੁੰਦਲੀਆਂ ਕੀਤੀਆਂ। ਮੇਰੇ ਵੀਰ ਨੇ ਪਹਿਲਾਂ ਹੀ ਦੱਸਿਆ ਇਸ ਤਸਵੀਰਾਂ ਨੂੰ ਧੁੰਦਲੀਆਂ ਨੂੰ ਸਾਫ਼ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬਾਕੀ ਧਰਮਾਂ ਨੂੰ, ਕਿਉਂਕਿ ਖਾਲਸੇ ਦਾ ਇੱਕ ਉਦੋਂ ਮੈਂ ਸਰਬੱਤ ਦਾ ਭਲਾ ਕਿਸੇ ਦਾ ਬੁਰਾ ਨਹੀਂ ਸੋਚਦਾ, ਕਦੇ ਵੀ ਉਹ ਖਾਲਸਾ ਨਹੀਂ ਹੋ ਸਕਦਾ ਜਿਹੜਾ ਸਰਬੱਤ ਦਾ ਭਲਾ ਨਹੀਂ ਸੋਚਦਾ। ਪਰ ਖਾਲਸੇ ਦੇ ਵਿੱਚ ਵਿਲੱਖਣਾ ਦਾ ਦਿੱਤੀ ਹੈ, ਜਖਮ ਵੀ ਹੋਏ ਹੋਏ ਲੜਾਈ ਦੇ ਜੰਗ ਦੇ ਵਿੱਚ ਮੱਲਮ ਪੱਟੀ ਤੇ ਪਾਣੀ ਵੀ ਖਾਲਸੇ ਨੂੰ ਬਖਸ਼ਿਸ਼ ਕੀਤਾ, ਜਿਹੜਾ ਸਾਡੀ ਕੌਮ ਨੂੰ ਤੇ ਸਾਡੇ ਗੁਰੂ ਨੂੰ ਪਰਵਾਨ ਨਹੀਂ ਹੋਣਾ। ਵੀਰੇ ਡਟ ਕੇ ਆ, ਡਟ ਕੇ ਇਸ ਮੋਰਚੇ ਦਾ, ਸਾਡੀਆਂ ਆਉਣ ਵਾਲੀਆਂ ਨਸਲਾਂ ਪੜ੍ਹਨ ਇਤਿਹਾਸ ਦੇ ਵਿੱਚ, ਅਸੀਂ ਉਹ ਮੋਰਚੇ ਨੂੰ ਚਾਨਣ ਦਾ ਮਨਾਰਾ ਬਣਾਈਏ ਕਿ ਹਰ ਮੋਰਚੇ ਏਦਾਂ ਨਹੀਂ ਹੁੰਦੇ, ਪੰਜ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਵੀਰਿਆ ਆ ਕੇ ਮੋਰਚੇ ਦੀ ਵਾਂਗ ਬੋਲ ਸੰਭਾਲ, ਤੇਰੀਆਂ ਭੈਣਾਂ ਤੇਰੇ ਬਜ਼ੁਰਗ ਮਾਂ, ਅਸੀਂ ਇੱਥੇ ਸਾਰੇ ਆਪਣੀਆਂ ਹਾਜ਼ਰੀਆਂ ਆਪਣੇ ਫਰਜ਼ ਨੂੰ ਅਦਾ ਕਰਾਂਗੇ। ਇਹ ਮੋਰਚਾ ਵੀਰਿਆ ਤੇਰੇ ਇਕੱਲੇ ਦਾ ਨਹੀਂ ਰਿਹਾ, ਇਹ ਹਰ ਉਸ ਜੱਗ ਦੀ ਜ਼ਮੀਰ ਵਾਲੇ ਦਾ ਮੋਰਚਾ। ਇੱਥੇ ਪਹੁੰਚੀਏ ਉਸ ਵੀਰ ਨੂੰ ਪੰਜ ਪਿਆਰਿਆਂ ਵੱਲੋਂ ਜਿਹੜਾ ਹੁਕਮ ਕੀਤਾ ਜਾਂਦਾ ਵੀਰਿਆ, ਹੱਥ ਬੰਨ ਕੇ ਬੇਨਤੀ ਹੈ ਆਪਾਂ ਸਾਰੇ ਹੀ ਧਰਮਾਂ ਦਾ ਸਤਿਕਾਰ ਬਰਕਰਾਰ ਰੱਖੀਏ। ਇਹ ਜਿਹੜਾ ਕਾਨੂੰਨ ਬਣਾਉਣ ਦੀ ਮੰਗ ਤੁਸੀਂ ਕੀਤੀ ਹੈ ਨਾ ਸਾਰੇ ਧਰਮਾਂ ਦੀ, ਤਾਂ ਇਹ ਛੋਟੀ ਗੱਲ ਨਹੀਂ, ਗੱਲ ਬਹੁਤ ਵੱਡੀ ਹੈ। ਇਸ ਗੱਲ ਕਰਕੇ ਅਸੀਂ ਇਸ ਗੱਲ ਨੂੰ ਉਸ ਪਾਰਲੀਮੈਂਟ ਤੱਕ ਪਹੁੰਚਾਈਏ ਕਿ ਇਹ, ਕਿਉਂਕਿ ਇਹ ਸਟੇਟ ਦਾ ਮਹਿਲ ਸਾਹਿਬ ਨੇ ਹੁੰਦਿਆ ਉਹ ਨੀਂਹ ਨੂੰ ਮਜ਼ਬੂਤ ਕਰਨਾ ਪੈਂਦਾ। ਇਸ ਗੱਲ ਕਰਕੇ ਇੰਨੇ ਸ਼ਬਦਾਂ ਦੀ ਮੈਨੂੰ ਕੋਈ ਬੁਲਾਰਾ ਨੀ, ਮੈਨੂੰ ਕੋਈ ਚੱਜ ਨੀ, ਮੈਂ ਤਾਂ ਕੁਛ ਅੱਜੀ ਹਾਂ, ਪਰ ਗੁਰੂ ਸਾਹਿਬ ਨੇ ਤੇ ਤੁਹਾਡੇ ਵਰਗੀਆਂ ਸੰਗਤਾਂ ਨੇ ਕੁਛ ਬਰਸਾਤ ਕੀਤੀ ਹੈ ਜਿਹਦੇ ਕਰਕੇ ਆ ਬੋਲ ਬੁਲਾ ਲਏ। ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਦਿਲੋਂ, ਤੇ ਗੁਰੂ ਸਾਹਿਬ ਜੀਆਂ ਦਾ ਉਸ ਤੋਂ ਵੀ ਜ਼ਿਆਦਾ ਧੰਨਵਾਦ ਹੈ, ਕਿਉਂਕਿ ਜਿਹਨਾਂ ਨੇ ਸਾਨੂੰ ਇੱਥੇ ਆਉਣ ਦੀ ਇੱਕ ਸੁਭਾਗੀ ਘੜੀ ਬਖਸ਼ਿਸ਼ ਕੀਤੀ ਹੈ ਕਿ ਉਸ ਵੀਰ ਦੇ ਨਾਲ ਅਸੀਂ ਡੱਟ ਕੇ ਪਹਿਰਾ ਦਈਏ ਤੇ ਸਾਰੇ ਹੀ ਧਰਮਾਂ ਦੇ ਗ੍ਰੰਥਾਂ ਦੀ ਸੇਫਟੀ ਲਈ ਅਸੀਂ ਇੱਕ ਚੰਗਾ ਕਾਨੂੰਨ ਬਣਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੁਲਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਜੇ ਉਸ ਨੂੰ ਟਾਈਮ ਦੇਣੇ ਨਾ ਹੋ ਵੀ ਹੁਣ ਆਪਾਂ, ਇਹ ਤਾਂ ਮੈਂ ਕਹਿੰਦਾ ਜੇ ਇੱਕ ਸਾਰਾ ਟਾਈਮ ਇੱਕ ਬੰਦੇ ਹੀ ਬੋਲੂਗਾ ਇਸ ਪਿੱਛੇ ਤੇ, ਆਪਣੇ ਸਿੱਖਾਂ ਦੇ ਨਾਲ ਆਪਾਂ ਇਤਿਹਾਸ ਹੈ ਇੱਡਾ ਵੱਡਾ ਆਪਣਾ, ਪਰ ਉਹਦੀ ਦੋ ਮਿੰਟ ਲਾਇਆ ਕਰੋ। ਹੁਣ ਗੁਰਨਾਮ ਸਿੰਘ ਜੀ ਢੈਂਟਲ ਤੇ ਉਹਨਾਂ ਤੋਂ ਬਾਅਦ ਸੁਖਦੇਵ ਸਿੰਘ ਜੀ ਹਰਿਆ ਉਹ ਕ੍ਰਾਂਤੀਕਾਰੀ ਕਿਸਾਨ ਜੇ ਤਿਆਰ ਰਹਿਣ, ਤੇ ਗੁਰਨਾਮ ਸਿੰਘ ਜੀ ਢੈਂਟਲ ਨੂੰ ਬੇਨਤੀ ਹੈ ਜੇ ਹੋਏ ਕਹਿੰਦੇ ਉਹ ਦੋ ਮਿੰਟ ਲਈ, ਤੇ ਧੰਨਵਾਦ ਕਰਦੇ ਹਾਂ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਹੁਤ। ਇੱਕ ਬੁਲਾਰਿਆਂ ਦੇ ਬੇਨਤੀ ਹੈ ਵੀ ਬੋਲ ਕੇ ਨਾ ਲੰਘ ਜਾਓ ਯਾਰ, ਪਹਿਲਾਂ ਆਏ ਨੇ ਸਾਡੇ, ਅਸੀਂ 20 ਤਰੀਕ ਨੂੰ ਆਏ ਤਕਰੀਬਨ ਬਹੁਤ ਬੰਦੇ, ਉਹ ਬੋਲ ਕੇ ਬੋਲਿਆ ਤਾਂ ਇੰਨਾ ਇੰਨਾ ਉਹਨਾਂ ਨੇ, ਪਰ ਮੁੜ ਕੇ ਧਰਮਾਂ ਦਾ ਮੋਰਚਾ ਸਾਰੇ ਧਰਮਾਂ ਦੀ ਗੱਲ ਕੀਤੀ ਗਈ ਹੈ ਵੀ ਕਿਤੇ ਵੀ ਧਾਰਮਿਕ ਗ੍ਰੰਥ ਦੀ ਬੇਨਤੀ ਕਰਨ ਵਾਲੇ ਸੋਧੀ ਐਸੀਆਂ ਦਿਸ਼ਾਵਾਂ ਮਿਲਣ, ਐਸੇ ਕਾਨੂੰਨ ਬਣਨ ਕਿ ਕੋਈ ਵੀ ਆਦਮੀ ਇਹ ਹੀ ਨਾ ਕਰੇ ਕਿਸੇ ਵੀ ਧਰਮ ਗ੍ਰੰਥ ਨੂੰ ਹੱਥ ਪਾਉਣ ਤੇ ਸੌ ਵਾਰ ਹਜ਼ਾਰ ਵਾਰ ਸੋਚੇ। ਪਰ ਕਾਨੂੰਨ ਤਾਂ ਪਹਿਲਾਂ ਵੀ ਬਣੇ ਨੇ, ਸਾਡੀ ਇੱਥੋਂ ਦੀ ਮਾੜੀ ਸਿਆਸਤ
ਜਿਹੜੇ ਕਿ ਬਣੇ ਹੋਏ ਕਾਨੂੰਨਾਂ ਦੇ ਉੱਤੇ ਵੀ ਅੱਜ ਤੀਕਰ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਇਹ ਸਬਕ ਮਿਲੇ ਵੀ ਅੱਗੋਂ ਆਉਣ ਵਾਲੇ ਸਮੇਂ ਚ ਕਿਸੇ ਵੀ ਧਰਮ ਗ੍ਰੰਥ ਨੂੰ ਹੱਥ ਪਾਉਣ ਤੋਂ ਪਹਿਲਾਂ ਕੋਈ ਸੋਚੇ। ਜੇ ਬੰਦਾ ਬੇਅਦਬੀ ਕਰਦਾ ਤਾਂ ਇੱਥੇ ਪ੍ਰਸ਼ਾਸਨ ਵੱਲੋਂ ਜਿਹੜਾ ਪ੍ਰਸ਼ਾਸਨ ਅਜੇ ਕਹਿ ਰਿਹਾ ਵੀ ਸਾਡੇ ਕਾਨੂੰਨ ਬਣਾਉਣ ਦਾ ਕੋਈ ਵੱਸ ਦੀ ਗੱਲ ਨਹੀਂ, ਇਹ ਕਾਨੂੰਨ ਇੱਥੇ ਨਹੀਂ ਬਣਨੇ, ਲੇਕਿਨ ਜਿਹੜੇ ਕਾਨੂੰਨ ਬਣੇ ਹੋਏ ਨੇ ਉਹਨਾਂ ਵਾਸਤੇ ਜਿਹੜਾ ਇਹ ਪ੍ਰਸ਼ਾਸਨ ਹੈ ਉਹ ਕਿੰਨਾ ਕੁ ਕੰਮ ਕਰ ਰਿਹਾ। ਜਿਹੜਾ ਵੀ ਬੇਅਦਬੀ ਦਾ ਦੋਸ਼ੀ ਹੈ ਉਹਨੂੰ ਇਹ ਕਹਿ ਕੇ ਛੱਡ ਦੇਣਾ ਵੀ ਇਹ ਮੰਦਬੁੱਧੀ ਹੈ, ਇਹਦੇ ਦਿਮਾਗ ਚ ਫਰਕ ਹੈ, ਤੇ ਜੇਕਰ ਉਹਨੂੰ ਜੇਲ੍ਹ ਚ ਘੱਲਿਆ ਵੀ ਜਾਂਦਾ ਤਾਂ ਇਹ 5-7 ਦਿਨਾਂ ਬਾਅਦ ਫਿਰ ਛਰਿਆਂ ਮੈਂ ਇੱਥੇ ਘੁੰਮਦਾ ਨਜ਼ਰ ਆਉਂਦਾ। ਇਸ ਕਰਕੇ ਇਹਨਾਂ ਸੁੱਤੀਆਂ ਸਰਕਾਰਾਂ ਨੂੰ ਅੱਜ ਇਹ ਜਗਾਉਣ ਦਾ ਮੋਰਚਾ ਹੈ। ਹਰੇਕ ਪ੍ਰਾਣੀ ਦੇ ਮਨ ਚ ਇਹੀ ਗੱਲ ਸੀ ਵੀ ਸਰਕਾਰਾਂ ਅੱਜ ਕੁਛ ਕਰਨਗੀਆਂ, ਕੱਲ ਕੁਛ ਕਰਨਗੀਆਂ, ਲੇਕਿਨ ਜਦੋਂ ਨਿਕਲ ਗਿਆ ਜਿਵੇਂ ਕਿ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਸੀ ਉਦੋਂ ਵੀ ਉਦੋਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਵੀ ਅਸੀਂ ਜੋ ਵੀ ਸੰਵਿਧਾਨ ਬਣਾਵਾਂਗੇ ਸਿੱਖਾਂ ਤੋਂ ਬਿਨਾਂ ਨਹੀਂ ਬਣਾਵਾਂਗੇ, ਸਿੱਖਾਂ ਦੀ ਜ਼ਰੂਰ ਅਸੀਂ ਵਿੱਚ ਸ਼ਮੂਲੀਅਤ ਕਰਾਂਗੇ, ਲੇਕਿਨ ਅੱਜ ਅਸੀਂ ਮੰਗ ਕਰਦੇ ਹਾਂ ਵੀ ਅਸੀਂ ਤਾਂ ਆਪਣੇ ਵਾਸਤੇ ਨਹੀਂ ਮੰਗਦੇ, ਅਸੀਂ ਤੇ ਆਮ ਲੋਕਾਂ ਵਾਸਤੇ ਮੰਗਦੇ ਹਾਂ, ਆਮ ਧਰਮਾਂ ਵਾਸਤੇ ਮੰਗਦੇ ਹਾਂ, ਸਾਨੂੰ ਸਾਡਾ ਧਰਮ ਬਚਾਉਣ ਲਈ ਜਿਹੜਾ ਉਹ ਤੁਸੀਂ ਆਪਣਾ ਕਾਨੂੰਨ ਦੇ ਦਿਓ। ਇਸ ਕਰਕੇ ਇਹਨਾਂ ਸੁੱਤੀਆਂ ਸਰਕਾਰਾਂ ਨੂੰ ਇਹੀ ਵਾਰ ਵਾਰ ਅਸੀਂ ਬੇਨਤੀ ਕਰਾਂਗੇ ਤੇ ਬੇਨਤੀ ਕਰਾਂਗੇ ਅਸੀਂ, ਸਾਡਾ ਟਾਈਮ ਹੋ ਗਿਆ ਭਾਈ ਸਾਹਿਬ ਵੱਲੋਂ ਇਸ਼ਾਰਾ ਆ ਗਿਆ, ਲੇਕਿਨ ਅਸੀਂ ਬੇਨਤੀ ਕਰਾਂਗੇ ਆਪਣੇ ਪੰਥ ਦਰਦੀਆਂ ਨੂੰ, ਸਾਰੀ ਕੌਮ ਨੂੰ, ਆਪਣੇ ਪੰਥ ਨੂੰ ਇਹ ਬੇਨਤੀ ਕਰਾਂਗੇ ਵੀ ਇਕਜੁੱਟ ਹੋ ਜਾਓ, ਸ਼ਬਦੀ ਹਮਲੇ ਛੱਡ ਕੇ ਅੱਜ ਸਾਨੂੰ ਇਕੱਠੇ ਹੋਣ ਦੀ ਲੋੜ ਹੈ, ਅੱਜ ਸਾਨੂੰ ਪੰਥ ਨੂੰ ਬਚਾਉਣ ਦੀ ਲੋੜ ਹੈ, ਤੇ ਸਾਡੇ ਪੰਥ ਨੂੰ ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ ਵੀ ਅੱਜ ਪੰਥ ਇਕੱਠੇ ਹੋ ਕੇ ਭਾਈ ਸਾਹਿਬ ਨੂੰ ਬੇਨਤੀ ਕਰਕੇ ਇਹ ਜਿਹੜੀ ਆਉਣ ਵਾਲਾ ਸਮਾਂ ਇਹਨੂੰ ਅੱਗੇ ਪਾਇਆ ਜਾਏ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਇੱਥੇ ਬੁਲਾਰੇ ਪਹੁੰਚੇ ਨੇ ਸਾਰੇ ਸਤਿਕਾਰਯੋਗ ਨੇ, ਸਾਰੇ ਟਾਈਮ ਕੱਢ ਕੇ ਆਏ ਨੇ। ਬੇਨਤੀ ਹੈ ਵੀ ਕਿਸੇ ਨੂੰ ਸਾਨੂੰ ਡੱਕਣਾ ਨਾ ਪਿਆ ਵੀ ਬਸ ਕਰੋ। ਸਰਪੰਚ ਸਾਹਿਬ ਨੇ 2-3 ਦਿਨ ਬੇਨਤੀ ਕਰਤੀ ਆ ਕਿ ਤੁਸੀਂ ਸਿਰਫ ਇੱਥੇ ਪਹੁੰਚੇ ਤੇ ਆ, ਸਭ ਨੂੰ ਪਤਾ ਤੁਸੀਂ ਸਿਰਫ ਇੱਕ ਧੰਨਵਾਦ ਕਰੋ ਵੀ ਇੱਥੇ ਪਹੁੰਚੇ ਆ, 2 ਮਿੰਟ ਤੋਂ ਵੱਧ ਕੋਈ ਨਾ ਲਵੇ, ਸਾਨੂੰ ਕਹਿਣ ਦੀ ਲੋੜ ਨਾ ਪਵੇ, ਇਸ ਕਰਕੇ ਬੇਨਤੀ ਮਨਜ਼ੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰਦੇ ਆ ਸੁਖਦੇਵ ਸਿੰਘ ਜੀ ਹਰਿਆਉ, ਉਹ 2 ਮਿੰਟ ਲਈ ਹਾਜ਼ਰੀ ਲਾਉਣੀ ਆ। ਸਾਧ ਸੰਗਤ ਜੀ ਬੋਲਣ ਲਈ ਤਾਂ ਸਾਨੂੰ ਅੱਗੇ ਬਹੁਤ ਕੁਛ ਹੈ, ਪਰ ਹਾਜ਼ਰੀ ਲਾਓ ਵੀ ਅਸੀਂ ਕੀ ਕਰ ਸਕਦੇ ਹਾਂ ਮੋਰਚੇ ਲਈ। ਦੇਖੋ ਪੁਰਾਣਾ ਇਤਿਹਾਸ ਜੋ ਤਾਂ ਪਤੀ ਹੈ ਸਾਰਿਆਂ ਨੂੰ ਵੀ ਅਸੀਂ ਕੀ ਕਰ ਸਕਦੇ ਹਾਂ, ਕਿਵੇਂ ਕਰੀਏ, ਇਹ ਬੇਨਤੀ। ਇਹਨਾਂ ਤੋਂ ਬਾਅਦ ਕੁਲਦੀਪ ਸਿੰਘ ਜੀ ਨਸੂਪੁਰ ਮੈਂਬਰ ਸ਼੍ਰੋਮਣੀ ਕਮੇਟੀ, ਉਹ ਤਿਆਰ ਰਹਿਣ। ਗੁਰੂ ਰੂਪ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਆਪਾਂ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਮੋਰਚਾ ਸ਼ੁਰੂ ਹੋਇਆ ਇਹਨੂੰ ਸਿਰੇ ਲਾਉਣ ਵਾਸਤੇ ਤੁਹਾਡੀ
ਅਸੀਂ ਜਥੇਬੰਦੀਆਂ ਵੱਲੋਂ ਪਹਿਲਾਂ ਇਹ ਪ੍ਰੈਕਟੀਕਲ ਕਰ ਚੁੱਕੇ ਹਾਂ, ਜਿਵੇਂ ਤੁਸੀਂ ਸਾਰੇ ਇਕੱਠੇ ਹੋਏ ਸੀਗੇ ਤਿੰਨੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ, ਇਸੇ ਤਰ੍ਹਾਂ ਇਹਨਾਂ ਦੇ ਸਾਰੇ ਇਕਜੁੱਟ ਹੋ ਜਾਓ ਤੇ ਇਹ ਕੋਈ ਅਸੰਭਵ ਨਹੀਂ ਵੀ ਜਿਹੜਾ ਕਾਨੂੰਨ ਲਾ ਬਣ ਸਕੇ। ਇੰਨੀਆਂ ਬੇਨਤੀਆਂ ਕਰਦੇ ਹੋਏ ਕਿਵੇਂ ਜਾ ਚੁੱਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਦਾ, ਬਹੁਤ ਕੰਮ ਦੀ ਗੱਲ ਕੀਤੀ ਇਹਨਾਂ ਨੇ, ਇਹੀ ਹੈ। ਹੁਣ ਕੁਲਦੀਪ ਸਿੰਘ ਜੀ ਨਸੂਪੁਰ, ਇਹਨਾਂ ਤੋਂ ਬਾਅਦ ਬਾਬਾ ਸਧਾਣਾ ਸੰਦੇਵ ਸਿੰਘ ਜੀ ਸਧਾਣਾ ਸਾਹਿਬ, ਬਾਬਾ ਸਤਪਾਲ ਸਿੰਘ ਜੀ ਭੂਰੇ, ਇਹ ਆਈ ਵਾਰ ਲੰਗਰ ਲੈ ਕੇ ਆਉਂਦੇ ਨੇ। ਇਹਨਾਂ ਚੋਂ ਕੋਈ ਜਿਹੜਾ ਬੋਲਣਾ ਚਾਹੁੰਦਾ ਸਾਨੂੰ ਦੱਸ ਦਿਓ, ਉਰੇ ਲਵੇ ਆ ਜਾਓ। ਨਸੂਪੁਰ ਸਾਹਿਬ ਗੁਰੂ ਪਿਆਰੀ ਗੁਰੂ ਸਵਾਰੀ ਸਾਹਿਬ ਸੰਗਤ ਜੀ, ਰੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕੱਠ ਬਹੁਤ ਜ਼ਿਆਦਾ, ਪਰੰਤੂ ਫਤਿਹ ਦਾ ਜਵਾਬ ਨਹੀਂ ਆਇਆ। ਸਿੱਖ ਸੰਗਤਾਂ ਪੰਥ ਇਕੱਠ ਹੈ, ਮੈਂ ਦੁਬਾਰੇ ਫਤਿਹ ਬੁਲਾਵਾਂਗਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਇਹ ਜੋ ਭਾਈ ਗੁਰਜੀਤ ਸਿੰਘ ਜੀ ਪਿਛਲੇ 25 ਦਿਨਾਂ ਤੋਂ ਮੋਰਚਾ ਲਾ ਕੇ ਟਾਵਰ ਤੇ ਬੈਠੇ ਨੇ, ਗੱਲਾਂ ਪਹਿਲਾਂ ਸਾਰੀ ਜਦੇਲ ਚ ਹੋ ਚੁੱਕੀ ਹੈ ਕਿ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਨੇ, ਬਾਈਬਲ ਹੈ, ਕੁਰਾਨ ਹੈ, ਕੋਈ ਵੀ ਗੀਤ ਹੈ, ਕਿਸੇ ਵੀ ਧਰਮ ਦੀ ਬੇਇੱਜ਼ਤੀ ਹੁੰਦੀ ਹੈ, ਸਾਰਿਆਂ ਵਾਸਤੇ ਕਾਨੂੰਨ ਬਣਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ। ਬਾਕੀ ਮੈਂ ਸਾਰੇ ਸੰਚਾਲਕਾਂ ਨੂੰ ਇਹ ਮੋਰਚੇ ਤੇ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਕੇ ਸਮਾਂ, ਇਹ ਸੈਂਟਰ ਸਰਕਾਰ ਨੇ ਕਾਨੂੰਨ ਬਣਾਉਣਾ, ਆਪਾਂ ਨੂੰ ਜ਼ਰੂਰ ਸਮਾਂ ਲੈ ਕੇ ਅਤੇ ਸਮਾਂ ਦੇ ਕੇ ਇਹ ਗੱਲ ਕਰਨੀ ਚਾਹੀਦੀ ਹੈ। ਪਿੱਛੇ ਵੀ ਸਿੰਘ ਸਭਾ ਦਾ ਮੋਰਚਾ ਲੱਗਿਆ ਸੀ ਗੁਰੂ ਘਰ ਦਾ, ਆਹ ਮੇਰੇ ਨਾਲ ਦੇ ਸਾਰੇ ਸਾਥੀਆਂ ਨੂੰ ਫੜ ਕੇ ਜੇਲ੍ਹਾਂ 'ਚ ਡੱਕ ਦਿੱਤਾ ਸੀ, ਤਾਂ ਕਹਿੰਦੇ ਵੀ ਸਿੱਖ ਧਰਮ 'ਚ ਭੁੱਖ ਹੜਤਾਲ ਨਹੀਂ। ਮੈਂ ਕਿਹਾ ਫਿਰ ਬੰਦੇ ਕਿਵੇਂ ਛਡਾਵਾਂਗੇ, ਮੈਨੂੰ 5 ਦਿਨ ਭੁੱਖ ਹੜਤਾਲ 'ਤੇ ਬੈਠਣਾ ਪਿਆ, ਮੈਂ ਜ਼ਿਆਦਾ ਬੋਲ ਨਹੀਂ ਸਕਦਾ। ਉਸ ਤੋਂ ਬਾਅਦ ਮੈਨੂੰ ਹਾਰਟ ਦਾ ਅਟੈਕ ਆ ਗਿਆ, ਮੇਰੀ ਬਾਈਪਾਸ ਸਰਜਰੀ ਹੋਈ ਹੈ, ਮੇਰੀ ਜਾਨ ਬੜੀ ਮੁਸ਼ਕਲ ਨਾਲ ਬਚੀ ਹੈ, ਪਰੰਤੂ ਮੈਨੂੰ ਡਾਕਟਰਾਂ ਨੇ ਬੋਲਣਾ ਮਨਾ ਕੀਤਾ ਹੋਇਆ ਸੀ, ਕਹਿੰਦੇ ਤੁਸੀਂ ਇਕੱਠ 'ਚ ਨਹੀਂ ਜਾਣਾ, ਪਰੰਤੂ ਮੈਂ ਰਹਿ ਨਹੀਂ ਸਕਦਾ, ਮੈਂ ਫਿਰ ਆਇਆ ਇੱਥੇ ਅੱਜ ਕਿ ਤਾਂ ਕਿ ਤੁਹਾਡਾ ਜਿਹੜਾ ਮੋਰਚਾ ਭਾਈ ਸਾਹਿਬ ਦਾ ਕਾਮਯਾਬ ਹੋਵੇ, ਤੁਸੀਂ ਆਪਣੇ ਮਿਸ਼ਨ 'ਚ ਕਾਮਯਾਬ ਹੋਵੋ, ਮੇਰੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਇਕੱਠੇ ਹੋਣ ਦਾ ਮਕਸਦ ਸਾਡੇ ਬਹੁਤ ਬੁਲਾਰਿਆਂ ਨੇ ਪਹਿਲਾਂ ਹੀ ਦੱਸ ਦਿੱਤਾ ਹੈ, ਤੇ ਅਸੀਂ ਜੋ ਇਸ ਮੋਰਚੇ ਦੇ ਲਈ ਕਰ ਰਹੇ ਹਾਂ ਤੇ ਕਰ ਸਕਦੇ ਹਾਂ ਉਹਦੇ ਬਾਰੇ ਮੈਂ 2 ਮਿੰਟ ਤੁਹਾਨੂੰ ਦੱਸਣਾ ਚਾਹੁੰਦਾ। ਪਹਿਲਾਂ ਤਾਂ ਇਹ ਹੈ ਕਿ ਜੋ ਭਾਈ ਗੁਰਜੀਤ ਸਿੰਘ ਖਾਲਸਾ ਜੀ ਨੇ ਮੋਰਚਾ ਲਾਇਆ ਹੈ, ਤੁਹਾਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਉਹਦੇ ਖੁਦ ਨਾਲ ਜਿਹੜੀਆਂ ਨੇ ਡਿਊਟੀਆਂ ਕੀਤੀਆਂ ਨੇ, ਤੇ ਉਹਨਾਂ ਨੇ ਬੜੀ ਮਿਹਨਤ ਤੇ ਲਗਨ ਦੇ ਨਾਲ ਫੌਜ ਦੇ ਵਿੱਚ ਪਹਿਲਾਂ ਦੇਸ਼ ਦੀ ਰੱਖਿਆ ਕੀਤੀ ਹੈ। ਉਹਨਾਂ ਦੇ ਅੰਦਰ ਇੱਕ ਮਨ ਦੇ ਅੰਦਰ ਦਰਦ ਸੀ ਜਦੋਂ 2015 ਦੇ ਵਿੱਚ ਅਸੀਂ ਉਹਨਾਂ ਦੇ ਨਾਲ ਤਕਰੀਬਨ 12 ਤਰੀਕ ਤੋਂ ਜਦੋਂ ਦੇ ਉਹ ਇਸ ਮੋਰਚੇ ਦੇ ਉੱਤੇ ਡਟੇ ਹੋਏ ਨੇ, ਉਦੋਂ ਤੋਂ ਉਹਨਾਂ ਦੇ ਨਾਲ ਸੰਪਰਕ 'ਚ ਹੈ ਸਾਡੇ ਚੇਅਰਮੈਨ। ਹਰ ਇੱਕ ਸਾਬਕਾ ਸੈਨਿਕ ਨੂੰ ਇਹਨਾਂ ਦੀ ਜੋ ਸਥਿਤੀ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ।
ਤੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਅੱਜ ਵੀ ਸਾਡੇ ਸਾਬਕਾ ਸੈਨਿਕ ਨੇ ਉਹ ਵੱਡੀ ਤਾਦਾਦ ਦੇ ਵਿੱਚ ਆਏ ਨੇ। ਤੇ ਭਾਈ ਸਾਹਿਬ ਦੇ ਅੰਦਰ 15 ਚੋਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਨੇ, ਰਹਿਨਮਾਈ ਹੈ ਉਹ ਇਸ ਮੋਰਚੇ ਨੂੰ ਬਹੁਤ ਜ਼ਰੂਰੀ ਹੈ। ਇਸ ਕਰਕੇ ਜੋ ਵੀ ਤੁਸੀਂ ਫੈਸਲਾ ਲਿਆ ਸਾਡੀ ਇਸ ਮੋਰਚੇ ਦੀ ਗਵਾਹੀ ਕਰੋ ਕਿ ਪੰਜ ਪਿਆਰੇ ਗੁਰੂ ਮਹਾਰਾਜ ਦੇ ਸਾਹਮਣੇ ਹੋ ਕੇ ਕਹਿ ਰਹੇ ਇਸ ਤਰ੍ਹਾਂ ਅਰਦਾਸ ਬੇਨਤੀ ਕਰਕੇ ਭਾਈ ਸਾਹਿਬ ਨੂੰ ਬੇਨਤੀ ਕਰਨ ਕਿ ਉਹ ਆ ਕੇ ਇਸ ਮੋਰਚੇ ਦੀ ਗਵਾਹੀ ਕਰਨ ਤਾਂ ਕਿ ਮੋਰਚਾ ਕਾਮਯਾਬ ਹੋ ਸਕੇ। ਕਿਉਂਕਿ ਆਪਾਂ ਨੂੰ ਪਹਿਲਾਂ ਪਤਾ ਜਿੰਨੇ ਵੀ ਮੋਰਚੇ ਲੱਗੇ ਨੇ ਉਹ ਸਰਕਾਰਾਂ ਨੇ ਵਿੱਚ ਘੁਸਪੇਟ ਕਰਕੇ ਸਾਡੇ ਕਾਮਯਾਬ ਨਹੀਂ ਹੋਣ ਦਿੱਤੇ। ਅਸੀਂ ਫਿਰ ਭਾਈ ਸਾਹਿਬ ਨੂੰ ਇਹ ਯਕੀਨ ਦਿਵਾਉਂਦੇ ਹਾਂ ਕਿ ਪਿੰਡ ਦਾ ਸ਼ਹਿਰਾਂ ਦਾ ਹਰ ਸਾਬਕਾ ਸੈਨਿਕ ਉਹਨਾਂ ਦੇ ਪਰਿਵਾਰ ਇਸ ਮੋਰਚੇ ਦੇ ਵਿੱਚ ਤੁਹਾਡੇ ਨਾਲ ਆ ਅਤੇ ਤੁਹਾਡੇ ਨਾਲ ਰਹੇਗਾ। ਇਹਨਾਂ ਕਹਿੰਦੇ ਹਨ ਅਰਦਾਸ ਖੁੱਲ੍ਹਣ ਦਾ ਜਸਤਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਹੁਣ ਅਸੀਂ ਬੇਨਤੀ ਕਰਨੀ ਚਾਹਾਂਗੇ ਸਾਡੇ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਜੀ ਖਾਲਸਾ ਇਹਨਾਂ ਨਾਲ ਉਹਦੇ ਨੁਮਾਇੰਦੇ ਵਜੋਂ ਸਾਹ ਸੰਗਤ ਜੀ ਉੱਥੇ ਜਾ ਕੇ ਬਹਿ ਜਾਣ ਇੰਡੀਆ ਦਾ ਜਲੂਸ ਨਿਕਲ ਜਾਓ, ਜਲੂਸ ਨਿਕਲੋ ਟੈਮ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ, ਅਸੀਂ ਤਾਂ ਇੱਥੇ ਬੈਠੇ ਹਾਂ। ਸਾਹ ਸੰਗਤ ਜੀ ਹੁਣ ਬੇਨਤੀ ਕਰਦੇ ਹਾਂ ਭਾਈ ਸਰਬਜੀਤ ਸਿੰਘ ਖਾਲਸਾ ਮੈਂ ਲਾ ਕੇ ਆਇਆ ਲਾਇਆ ਹੋਇਆ ਦੇਖੋ ਹੁਣ ਮੈਂ ਮਿਲਣਾ ਪਹਿਲਾਂ ਥੋੜੇ ਦਿਨਾਂ ਦਾ ਸੀ ਹੁਣ 21-22 ਤਰੀਕ ਤੋਂ ਬਾਅਦ ਇਸ ਲਈ ਸਾਹ ਮੈਨੂੰ ਜੋ ਮੈਂ ਗੱਲਾਂ ਕਹਿੰਦਾ ਮੇਰੇ ਬਜ਼ੁਰਗੀ ਯਾਦ ਮੈਂ ਸਭ ਪਹਿਲਾਂ ਉਹ ਗੱਲ ਹੋਰ ਮੈਂ ਲੈ ਕੇ ਆਊਂਗਾ, ਮੈਂ ਅਗਲੀ ਵਾਰੀ ਦੇਖਣ ਵੀ ਆਊਂਗਾ, ਮੈਂ ਕਾਪੀਆਂ ਲੈ ਕੇ ਆਊਂਗਾ ਜੋ ਆਪਾਂ ਉੱਥੇ ਦੇਖ ਕੀਤਾ। ਤੇ ਇਹਨਾਂ ਨੂੰ ਸਪੈਸ਼ਲੀ ਕਿਹਾ ਬਈ ਇਸਨੂੰ ਪਾਰਲੀਮੈਂਟ ਮੈਂ ਉਹਨਾਂ ਨੂੰ ਕਿਹਾ ਸੀ ਬਈ ਉਹਦੇ ਵਿੱਚ ਨਾ ਇਕੱਲੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਵੀ ਨਹੀਂ ਹੈ, ਸਾਰੇ ਧਰਮਾਂ ਦਾ ਕਿਹਾ ਹੋਇਆ ਵੀ ਜਿੰਨੇ ਵੀ ਧਰਮ ਕਰ ਰਹੇ ਸੀ ਤੇ ਡੇਲੀ ਉੱਥੇ ਲੋਕਾਂ ਨੂੰ ਮਿਲਣ ਦਾ ਪ੍ਰੋਗਰਾਮ ਪਹਿਲਾਂ ਹੀ 21 ਤਰੀਕ ਤੱਕ ਲੀਕਿਆ ਹੋਇਆ ਸੀ, ਉਹਦੇ ਕਰਕੇ ਮੇਰੇ ਤੋਂ ਆ ਨਹੀਂ ਹੋਇਆ। ਫੋਨ ਤਾਂ ਮੈਨੂੰ ਬਹੁਤ ਆਏ, ਮੈਂ ਕਿਹਾ ਜੀ ਵੀ ਮੈਂ ਆਪਣੇ ਕੰਮ 'ਚ ਬਿਜ਼ੀ ਹਾਂ ਵੀ ਮੈਂ ਉਹ ਹੁਣ ਛੱਡ ਨਹੀਂ ਸਕਦਾ ਵੀ ਫੇਰ ਮਤਲਬ 21 ਤੋਂ ਬਾਅਦ ਆਊਂਗਾ। ਬਾਕੀ ਤੁਹਾਡਾ ਬਹੁਤ ਮਤਲਬ ਧੰਨਵਾਦ ਵੀ ਤੁਸੀਂ ਮੇਰੀ ਮਦਦ ਕੀਤੀ, ਮੈਨੂੰ ਵੋਟਾਂ ਪਾਈਆਂ MP ਬਣਾਇਆ, ਕਾਮਯਾਬ ਕੀਤਾ, ਪਾਰਲੀਮੈਂਟ 'ਚ ਭੇਜਿਆ ਅਤੇ ਮੈਂ ਆਪਣਾ ਵਾਅਦਾ ਵੀ ਨਹੀਂ ਭੁੱਲਿਆ ਸੀ, ਮੈਂ ਆਪਣਾ ਜੋ ਕੰਮ ਪਹਿਲਾਂ ਕਿਹਾ ਸੀ ਮੈਂ ਕਰਤਾ। ਮੈਂ ਆਪ ਸਭ ਦਾ ਬਹੁਤ ਧੰਨਵਾਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਇਹ ਸਰਕਾਰਾਂ 18 ਤੋਂ ਪਿਆ, ਦੇਖੋ ਜੀ ਪੰਜਾਬ ਸਰਕਾਰ ਵਾਲਾ ਜਿਹੜਾ ਕਾਨੂੰਨ ਭੇਜਿਆ ਰਾਸ਼ਟਰ